ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 18 ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਜੰਡਿਆਲਾ ਦੇ ਵਿੱਚ ਮਹਾਂ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਕਰੀਬ 1 ਤੋਂ 1.5 ਮਹੀਨੇ ਤੋਂ ਜਿਹੜੀਆਂ ਤਿਆਰੀਆਂ ਸੀਗੀਆਂ ਉਹ ਪਰਜ਼ੋਰ ਜ਼ੋਰਾਂ ਦੇ ਉੱਤੇ ਜਿਹੜਾ ਹੈਗਾ ਉਹ ਚੱਲਦੀਆਂ ਸੀਗੀਆਂ। ਤਾਂ ਇਸ ਸਮੇਂ ਅਸੀਂ ਤਸਵੀਰਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੋਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿ ਕਿਸਾਨਾਂ ਦੇ ਜਥੇ ਜਿਹੜੇ ਹੈਗੇ ਆ ਪਿੰਡੋ ਪਿੰਡ ਜਿਹੜੇ ਇਕੱਤਰ ਹੋ ਰਹੇ ਆ, ਇੱਥੋਂ ਕਾਫਲੇ ਦੇ ਰੂਪੀ ਅੱਗੇ ਵਾਸਤੇ ਜਿਹੜੇ ਨੇ ਕਿਸਾਨ ਰਵਾਨਾ ਹੋ ਰਹੇ ਨੇ। ਤਾਂ ਮੇਰੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਮੌਜੂਦ ਨੇ। ਕਿਸਾਨ ਆਗੂਆਂ ਦੇ ਵਿੱਚ ਅੱਜ ਦੀ ਮਹਾਂ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜਾ ਹੈਗਾ ਉਹ ਵੀ ਦੇਖਣ ਨੂੰ ਮਿਲਿਆ। ਔਰ ਬਜ਼ੁਰਗਾਂ ਦੇ ਨਾਲ ਨਾਲ ਜੇਕਰ ਗੱਲ ਕਰਾਂ ਤਾਂ ਬੱਚੇ ਵੀ ਜਿਹੜੇ ਆ ਉਹ ਵੀ ਇੱਥੇ ਜਿਹੜਾ ਹੈਗਾ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ। ਮੇਰੇ ਨਾਲ ਕਿਸਾਨ ਆਗੂ ਸਰ, ਕੀ ਨਾਮ ਤੁਹਾਡਾ? ਮਨਜੀਤ ਸਿੰਘ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਜੋਨ ਸ੍ਰੀ ਰੰਗਦੇਵ ਜੀ ਖਡੂਰ ਸਾਹਿਬ ਤੋਂ। ਠੀਕ ਹੈ। ਇੱਕ ਵੱਡਾ ਕਾਫਲਾ ਲੈ ਕੇ ਜਲਾਲਾ ਦਾਲਾ ਮੰਡੀ ਜਾ ਰਹੇ ਹਾਂ, ਜੋ ਕਿ ਮੋਦੀ ਸਰਕਾਰ ਨੇ ਪਿਛਲੇ ਧਰਨੇ ਦੌਰਾਨ ਮੰਗਾਂ ਮੰਨੀਆਂ ਸੀਗੀਆਂ, MSP ਦਾਂਗੇ 23 ਫਸਲਾਂ ਦੇ, ਪਰ ਸਰਕਾਰ ਮੁੱਕਰਦੀ ਜਾਪਦੀ ਆ। ਇਸ ਦੇ ਸੰਬੰਧ ਵਿੱਚ ਅਸੀਂ ਲੰਬੀ ਵੱਡੀ ਲਾਮਬੰਦੀ ਕਰਕੇ ਜੋ ਕਿ ਜੰਡਿਆਲਾ ਦਾਣਾ ਮੰਡੀ ਅੱਜ ਬਹੁਤ ਵੱਡਾ ਸਾਡਾ ਇਕੱਠ ਆ, ਉਹਦੇ 'ਚ ਮੋਦੀ ਨੂੰ ਸਾਬਤ ਕਰਾਂਗੇ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸਾਡੇ ਆਉਣ ਵਾਲੇ ਸਮੇਂ ਵੱਡੇ ਐਲਾਨ ਹੋਣਗੇ, ਅਤੇ ਦਿੱਲੀ ਨੂੰ ਵੀ ਕੂਚ ਕਰਾਂਗੇ, ਅਤੇ ਸਾਡਾ ਜੋ ਵੀ ਹੱਕ ਬਣਦੇ ਆ ਉਹ ਲੈਣ ਤੋਂ ਬਗੈਰ ਅਸੀਂ। ਇੱਥੇ ਜੇਕਰ ਗੱਲ ਕਰੀਏ ਤਾਂ ਕਿੰਨੇ ਕੁ ਪਿੰਡਾਂ ਦੇ ਲੋਕ ਜਿਹੜੇ ਆ ਹੁਣ ਇੱਥੋਂ ਇਕੱਤਰ ਹੋ ਕੇ ਤੁਸੀਂ ਅੱਗੇ ਵਾਤੇ ਨਿਕਲ ਰਹੇ ਹੋ? ਅਜੇ ਤਾਂ ਸਾਡੀ ਸ਼ੁਰੂਆਤ ਹੋ ਰਹੀ ਆ, ਪੂਰੇ ਪੰਜਾਬ 'ਚੋਂ ਮਤਲਬ ਬਹੁਤ ਵੱਡੇ ਕਾਫਲੇ ਆ ਰਹੇ ਆ, ਟਰਾਲੇ ਭਰ ਆ ਰਹੇ ਆ, ਬੱਸਾਂ ਭਰ ਆ ਰਹੀਆਂ, ਅਤੇ ਬਹੁਤ ਵੱਡਾ ਇਕੱਠ ਕਰਨ ਜਾ ਰਿਹਾ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪਿੱਛੋਂ ਲਗਾਤਾਰ ਟਰਾਲੀਆਂ ਮੇਰੇ ਖਿਆਲ ਨਾਲ ਕਿ ਸੈਂਕੜਿਆਂ ਦੀ ਗਿਣਤੀ 'ਚ ਜਿਹੜੀ ਜੰਡਿਆਲਾ ਦੇ ਤਰਫ ਰਸਤੇ ਆਉਂਦਿਆਂ ਵੀ ਅਸੀਂ ਦੇਖ ਰਹੇ ਸੀਗੇ ਕਿ ਹੈਗੀਆਂ। ਤਾਂ ਇੱਥੋਂ ਹੁਣ ਕਿੰਨੇ ਵਜੇ ਦਾ ਪ੍ਰੋਗਰਾਮ ਨੈੱਟ ਤੁਹਾਡਾ ਜੰਡਿਆਲੇ ਦੇ ਵਿੱਚ? 12 ਤੋਂ ਸ਼ੁਰੂ ਹੋਣਾ ਪ੍ਰੋਗਰਾਮ ਸਾਡਾ ਜੀ। ਠੀਕ ਹੈ। ਬਹੁਤ ਵੱਡੇ ਕਾਫਲੇ ਨਾਲ ਪਹੁੰਚ ਰਹੇ ਆ, ਅਤੇ ਜੋ ਕਿ ਆਪ ਨੂੰ ਜਾਓਗੇ ਪਤਾ ਲੱਗੂਗਾ। ਇਹ ਵੱਖ ਵੱਖ ਜ਼ਿਲ੍ਹੇ ਜਿੱਦਾਂ ਹੁਣ ਤਰਨ ਤਾਰਨ ਸੀਗਾ, ਅੰਮ੍ਰਿਤਸਰ ਸੀਗਾ, ਜਾਂ ਫਿਰ ਅਲੱਗ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਹੈਗੇ? ਹਾਂ ਹਾਂ, ਪੂਰੇ ਪੰਜਾਬ ਲੈਵਲ 'ਤੇ ਆ ਰਹੇ ਆ। ਬੇਟਾ ਕੀ ਨਾਮ ਤੁਹਾਡਾ? ਮਨਤਾਜ ਸਿੰਘ। ਮਨਤਾਜ ਸਿੰਘ ਕਿੱਥੋਂ ਆਏ ਹੋ? ਵਰਵਾਲ। ਕਿੱਥੇ ਜਾ ਰਹੇ ਹੋ? ਜਲੰਧਰ। ਜਲੰਧਰ ਜਾਣ ਮੰਡੀ। ਜਲੰਧਰ ਜਲੰਧਰ ਜਾਣ ਮੰਡੀ। ਜਲੰਧਰ। ਤੇ ਕਿੱਥੇ ਜਾ ਰਹੇ ਹੋ ਉੱਥੇ ਜਲੰਧਰ? ਜਾਣ ਮੰਡੀ ਚ। ਕੀ ਪ੍ਰੋਗਰਾਮ ਹੈ ਉੱਥੇ? ਇਕੱਠ ਕੀਤਾ ਸੀ ਜੀ, ਮੀਟਿੰਗ ਵੀ ਲਈ। ਕਿੰਨਾਂ ਦੀ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਚਲੋ, ਕਹਿ ਸਕਦੇ ਹਾਂ ਕਿ ਬੱਚੇ ਵੀ ਬਿਲਕੁਲ ਨਾਲ ਆਏ ਨੇ ਇੱਥੇ। ਜੇਕਰ ਗੱਲ ਕਰਾਂ ਤਾਂ ਹੋਰ ਵੀ ਜਿਹੜੇ ਨੇ ਕਿਸਾਨ ਆਗੂ ਮੌਜੂਦ ਹੋਣ। ਕੀ ਨਾਮ ਜੀ ਤੁਹਾਡਾ? ਬਲਜਿੰਦਰ ਸਿੰਘ। ਕਿਹੜੀ ਜਗ੍ਹਾ ਤੋਂ? ਅਸੀਂ ਪਿੰਡ ਆਲਮਪੁਰ ਗੁਰੂ ਅੰਗਦ ਦੇਵ ਜੀ। ਤੇ ਕਿਸ ਤਰ੍ਹਾਂ ਕਹਿ ਸਕਦੇ ਹੋ ਅੱਜ ਦੇ ਜਿਹੜੇ ਇਕੱਠ ਨੂੰ ਲੈ ਕੇ ਕਿੱਦਾਂ ਦਾ ਉਤਸ਼ਾਹ ਹੈਗਾ ਕਿਸਾਨਾਂ ਦਾ? ਬਹੁਤ ਬਹੁਤ ਜ਼ਿਆਦਾ ਉਤਸ਼ਾਹ ਕਿਸਾਨਾਂ ਦੇ ਵਿੱਚ। ਮੋਦੀ ਦੇ ਖਿਲਾਫ ਜਿਹੜੀ ਆਪਣੀ ਭੜਾਸ ਬਹੁਤ ਤਰੀਕੇ ਨਾਲ ਕੱਢਣਗੇ ਦਾਣਾ ਮੰਡੀ ਜੰਡਿਆਲਾ ਗੁਰੂ ਦੇ ਵਿੱਚ, ਅਤੇ ਬਹੁਤ ਹੀ ਭਾਰੀ ਉਤਸ਼ਾਹ ਦੇ ਨਾਲ ਜਿਹੜੇ ਆ ਕਿਸਾਨ ਆ ਰਹੇ ਆ ਵੱਖ ਵੱਖ ਪਿੰਡਾਂ ਤੋਂ, ਅਤੇ ਬਹੁਤ ਭਾਰੀ ਇਕੱਠ ਹੋਊਗਾ, ਵਿਸ਼ਾਲ ਰੈਲੀ ਦੇ ਰੂਪ 'ਚ ਹੋਊਗਾ। ਕਹਿ ਸਕਦੇ ਹਾਂ ਕਿ ਅੱਜ ਜੰਡਿਆਲੇ ਦੇ ਵਿੱਚ ਜਿਵੇਂ ਕਿ ਕਿਸਾਨ ਆਗੂ ਸਰਵਨ ਸਿੰਘ ਭੰਧੀਰ ਵੱਲੋਂ ਕਿਹਾ ਗਿਆ ਸੀਗਾ ਕਿ ਅੱਜ ਦੀ 2 ਜਨਵਰੀ ਦੀ ਮਹਾਂ ਰੈਲੀ ਜਿਹੜੀ ਹੈਗੀ ਜੰਡਿਆਲਾ ਦੇ ਵਿੱਚ ਇਤਿਹਾਸਿਕ ਇਕੱਠ ਉੱਥੇ ਹੋਵੇਗਾ, ਔਰ ਇਤਿਹਾਸਿਕ ਰੈਲੀ ਜਿਹੜੀ ਹੈਗੀ ਆ ਸਾਬਿਤ ਹੋਊਗੀ, ਜਿਸ ਤੋਂ ਬਾਅਦ ਅਗਲੀ ਰੂਪ ਰੇਖਾ ਜੇਕਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ 'ਤੇ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਨਹੀਂ ਕਰਦੀ ਤਾਂ ਅਗਲੀ ਰੂਪ ਰੇਖਾ ਜਿਹੜੀ ਹੈਗੀ ਆ ਉਹ ਲਿਖੀ ਜਾਊਗੀ। ਇਸ ਤਰਫ ਦੀ ਜੇਕਰ ਗੱਲ ਕਰਾਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਜਿਹੜੀਆਂ ਵਾ ਲਗਾਤਾਰ ਜੰਡਿਆਲੇ ਦੀ ਤਰਫ ਕੂਚ ਕਰ ਰਹੀਆਂ ਨੇ। ਲਗਾਤਾਰ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਹਾਂ ਕਿ ਜੰਡਿਆਲਾ ਦੇ ਤਰਫ ਰਵਾਨਾ ਹੋ ਰਹੇ ਨੇ, ਔਰ ਇਸ ਦੇ ਨਾਲ ਹੀ ਇਕੱਠ ਰੂਪੀ ਜਿਹੜੀਆਂ ਰੈਲੀਆਂ ਹੈਗੀਆਂ ਵਾ ਉਹ ਇੱਥੋਂ ਜੰਡਿਆਲਾ ਨੂੰ ਜਾਂਦੇ ਹੋਏ ਨਜ਼ਰ ਆ ਰਹੀਆਂ ਨੇ। ਇਸ ਦੇ ਵਿੱਚ ਜੇਕਰ ਗੱਲ ਕਰਾਂ ਤਾਂ ਵੱਖ ਵੱਖ ਕਹਿ ਸਕਦੇ ਹਾਂ ਕਿ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਵੱਖ ਵੱਖ ਹਲਕਿਆਂ ਦੇ ਨਾਲ ਸੰਬੰਧਿਤ ਜਿਹੜੇ ਕਿਸਾਨ ਆਗੂ ਨੇ ਉਹ ਬਿਲਕੁਲ ਜਿਹੜੇ ਪੁਆਇੰਟ ਅਲੱਗ ਅਲੱਗ ਜਿਹੜੇ ਇਹਨਾਂ ਵੱਲੋਂ ਚੁਣੇ ਗਏ ਹੈਗੇ ਆ ਉੱਥੇ ਇਕੱਤਰ ਹੋ ਕੇ ਅੱਗੇ ਵਾਸਤੇ ਜਿਹੜੇ ਨੇ ਉਹ ਲਗਾਤਾਰ ਰਵਾਨਾ ਹੁੰਦੇ ਨਜ਼ਰ ਆ ਰਹੇ ਹਨ। ਮੀਂਹ ਦਾ ਕਹਿ ਸਕਦੇ ਕਿਤੇ ਨਾ ਕਿਤੇ ਜੇ ਲੱਗਦਾ ਹੈਗਾ ਕਿ ਅਸਾਰ ਹੋ ਸਕਦਾ ਤਾਂ ਉਸ ਦੇ ਵਾਸਤੇ ਬਕਾਇਦਾ ਟਰਾਲੀਆਂ ਨੂੰ ਕਵਰ ਵੀ ਕੀਤਾ ਗਿਆ ਹੈਗਾ, ਔਰ
ਕਿਸਾਨਾਂ ਦੇ ਵਿੱਚ ਕਹਿ ਸਕਦੇ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਰੋਸ ਹੈਗਾ, ਜਿਸ ਨੂੰ ਲੈ ਕੇ ਅੱਜ ਦੀ ਰੈਲੀ ਜਿਹੜੀ ਹੈਗੀ ਹੈ ਉੱਥੇ ਇਕੱਤਰ ਹੋਣ ਦੇ ਲਈ ਇੱਥੋਂ ਬਹੁ ਗਿਣਤੀ ਦੇ ਵਿੱਚ ਰਵਾਨਾ ਹੋ ਰਹੇ ਨੇ। ਤਾਂ ਇਸ ਖਬਰ ਦੇ ਉੱਤੇ ਲਗਾਤਾਰ ਜਿਹੜੀ ਅਪਡੇਟ ਹੈਗੀ ਆ ਸਾਡੇ ਵੱਲੋਂ ਸਾਂਝੀ ਕੀਤੀ ਜਾਊਗੀ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਟਾਂਗਰਾ।